ਹਾਂਜੀ ਸਰ, ਅੱਜ ਜਿਹੜਾ ਫਲੈਗ ਮਾਰਚ ਕਰ ਰਹੇ ਹਾਂ, ਕਿਸ ਕਾਰਨ ਕਰ ਰਹੇ ਹਾਂ? ਜਿਹੜੇ ਅੱਜ ਫਲੈਗ ਮਾਰਚ ਕੱਢੇ ਜਾ ਰਹੇ ਨੇ, ਜਿਹੜੇ ਸਾਡੇ ਸੀਨੀਅਰ ਆਫੀਸਰਸ ਨੇ ਉਹਨਾਂ ਦੀ ਡਾਇਰੈਕਸ਼ਨ ਸਟੇਟ ਕੱਢੇ ਜਾ ਰਹੇ ਨੇ, ਕਿਉਂਕਿ ਜਿਹੜਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਜ਼ਿਮਨੀ ਚੋਣ ਹੈਗੀ ਆ, ਇਸ ਚੋਣ ਦੇ ਮੱਦੇਨਜ਼ਰ ਸਾਡੇ ਕੋਲ ਜਿਹੜੀਆਂ ਪੈਰਾਮਿਲਟਰੀ ਫੋਰਸ ਆਈ ਹੈ ਅਤੇ ਜਿਹੜੀ ਸਾਡੀ ਡਿਸਟ੍ਰਿਕਟ ਪੁਲਿਸ ਹੈਗੀ ਹੈ, ਇਕੱਠੇ ਤਾਲਮੇਲ ਕਰਕੇ ਫਲੈਗ ਮਾਰਚਿਸ ਕੱਢੇ ਜਾ ਰਹੇ ਨੇ। ਮੇਨ ਮਕਸਦ ਫਲੈਗ ਮਾਰਚ ਦਾ ਇਹ ਹੈਗਾ ਕਿ ਇੱਕ ਤਾਂ ਜਿਹੜਾ ਹੈਗਾ ਲਾਅ ਐਂਡ ਆਰਡਰ ਦਾ ਕੋਈ ਸਿਚੁਏਸ਼ਨ ਨਾ ਆਵੇ ਸਾਡੇ ਏਰੀਏ ਦੇ ਵਿੱਚ, ਔਰ ਦੂਜਾ ਜਿਹੜੇ ਮਾੜੇ ਅਨਸਰ ਹੈਗੇ ਨੇ ਉਹਨਾਂ 'ਤੇ ਅਸੀਂ ਨੱਥ ਪਾ ਸਕੀਏ।